ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਟਿਕਟੌਕ ਵਿਵਾਦਾਂ ਅਤੇ ਮਨੋਰੰਜਨ ਦਾ ਹਿੱਸਾ ਹੋਣ ਕਰਕੇ ਬਹੁਤ ਜ਼ਿਆਦਾ ਚਰਚਾ ਵਿੱਚ ਹੈ। ਟਿਕਟੌਕ ਹੁਣ ਨੌਜਵਾਨਾਂ ਲਈ ਰੁਜ਼ਗਾਰ ਦਾ ਇੱਕ ਸਾਧਨ ਬਣ ਗਿਆ ਹੈ, ਜੋ ਪਕੌੜੇ ਵੇਚਣ ਵਾਲੇ ਰੁਜ਼ਗਾਰ ਨਾਲੋਂ ਚੰਗਾ ਸਾਬਿਤ ਹੋ ਰਿਹਾ ਹੈ। ਦੇਸ਼ ਦੇ ਬਹੁਤ ਜ਼ਿਆਦਾ ਨੌਜਵਾਨ ਟਿਕਟੌਕ ਦੇ ਅਸਰ ਹੇਠ ਹਨ ਅਤੇ ਬਹੁਤ ਜਲਦ ਇਹ ਨੌਜਵਾਨ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਰਹੇ ਹਨ। ਜੇ ਦੇਖਿਆ ਜਾਵੇ ਤਾਂ ਸਿਰਫ ਨੌਜਵਾਨ ਹੀ ਨਹੀਂ, ਸਗੋਂ ਹੁਣ ਤਾਂ ਅੱਧਖੜ ਉਮਰ ਦੇ ਲੋਕ ਅਤੇ ਬਜ਼ੁਰਗ ਵੀ ਟਿਕਟੌਕ 'ਤੇ ਛਾ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਟਿਕਟੌਕ ਦੇ ਇਸ ਬੁਖਾਰ ਤੋਂ ਕਲਾਕਾਰ ਵੀ ਦੂਰ ਨਹੀਂ ਹਨ, ਸਗੋਂ ਉਹ ਵੀ ਹੋਰ ਪ੍ਰਸਿੱਧੀ ਖੱਟਣ ਲਈ ਟਿਕਟੌਕ ਨੂੰ ਜ਼ਰੀਆ ਬਣਾ ਰਹੇ ਹਨ। ਖੈਰ, ਹੁਣ ਤੁਹਾਨੂੰ ਦੱਸਦੇ ਹਾਂ ਕਿ ਟਿਕਟੌਕ ਰੁਜ਼ਗਾਰ ਦਾ ਜ਼ਰੀਆ ਕਿਵੇਂ ਬਣ ਰਿਹਾ ਹੈ। ਟਿਕਟੌਕ ਵਾਇਰਲ ਬੁਖਾਰ ਦੀ ਤਰ੍ਹਾਂ ਹੈ ਅਤੇ ਨੌਜਵਾਨ ਵੱਡੀ ਮਾਤਰਾ ਵਿੱਚ ਇਸ ਨਾਲ ਜੁੜ ਰਹੇ ਹਨ। ਨੌਜਵਾਨਾਂ ਵੱਲੋਂ ਟਿਕਟੌਕ 'ਤੇ ਪ੍ਰਸਿੱਧੀ ਖੱਟਣ ਲਈ ਬਹੁਤ ਸਾਰੀਆਂ ਊਲ ਜਲੂਲ ਤਰੀਕੇ ਵਾਲੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਮੁੰਡੇ ਕੁੜੀਆਂ ਵਰਗੇ ਕੱਪੜੇ ਪਾ ਕੇ ਉਹਨਾਂ ਦੀ ਸਾਂਗ ਕਰਦੇ ਨਜ਼ਰ ਆ ਰਹੇ ਹਨ ਅਤੇ ਕੁੜੀਆਂ ਮੁੰਡਿਆਂ ਦੇ ਸਾਂਗ ਕਰ ਰਹੀਆਂ ਹਨ। ਪਹਿਲਾਂ ਤੁਸੀਂ ਅਜਿਹੀਆਂ ਹੀ ਕੁਝ ਵੀਡੀਓਜ਼ ਦੇਖੋ। ਇਹਨਾਂ ਵੀਡੀਓਜ਼ ਨੂੰ ਦੇਖ ਤੁਹਾਨੂੰ ਹਾਸਾ ਆ ਰਿਹਾ ਹੋਵੇਗਾ ਅਤੇ ਤੁਸੀਂ ਵੀ ਆਪ ਮੁਹਾਰੇ ਅਜਿਹੀਆਂ ਵੀਡੀਓਜ਼ ਨੂੰ ਲਾਈਕ ਕਰ ਦੇਵੋਗੇ ਅਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਇਹਨਾਂ ਦੀਆਂ ਪ੍ਰੋਫਾਈਲ ਨੂੰ ਫੋਲੋ ਕਰੋਗੇ। ਇਸੇ ਤਰ੍ਹਾਂ ਤੁਹਾਡੇ ਵਾਂਗ ਹੋਰ ਵੀ ਬਹੁਤ ਸਾਰੇ ਲੋਕ ਟਿਕਟੌਕ ਦੇ ਯੂਜ਼ਰਸ ਨਾਲ ਜੁੜ ਜਾਂਦੇ ਹਨ ਅਤੇ ਉਹਨਾਂ ਦੇ ਫੋਲੋਅਰ ਦੀ ਗਿਣਤੀ ਲੱਖਾਂ ਦੇ ਅੰਕੜੇ ਤੋਂ ਪਾਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਕਲਾਕਾਰ ਅਜਿਹੇ ਲੋਕਾਂ ਨੂੰ ਚੁਣਦੇ ਹਨ ਜਿਨ੍ਹਾਂ ਦੇ ਫੋਲੋਅਰ ਲੱਖਾਂ ਵਿੱਚ ਹੋਣ। ਹੁਣ ਤੁਸੀਂ ਸੋਚਦੇ ਹੋ ਕਿ ਕਲਾਕਾਰ ਟਿਕਟੌਕ ਦੇ ਇਹਨਾਂ ਲੋਕਾਂ ਦਾ ਕੀ ਕਰਦੇ ਹਨ, ਤਾਂ ਤੁਹਾਨੂੰ ਦੱਸ ਦਈਏ ਕਿ ਕਲਾਕਾਰ ਇਹਨਾਂ ਲੋਕਾਂ ਨੂੰ ਆਪਣੀ ਮਸ਼ਹੂਰੀ ਲਈ ਵਰਤਦੇ ਹਨ। ਕਲਾਕਾਰ ਇਹਨਾਂ ਨੂੰ ਪੈਸੇ ਦੇ ਕੇ ਆਪਣੇ ਵੱਲੋਂ ਕੱਢੇ ਗਏ ਗੀਤ ਜਾਂ ਫਿਰ ਕਿਸੇ ਫਿਲਮ ਦੇ ਡਾਇਲੌਗ 'ਤੇ ਵੀਡੀਓ ਬਣਾ ਕੇ ਪੋਸਟ ਕਰਨ ਲਈ ਕਹਿੰਦੇ ਹਨ, ਜਿਸ ਤੋਂ ਬਾਅਦ ਇਹਨਾਂ ਟਿਕਟੌਕ ਦੇ ਯੂਜ਼ਰਸ ਨੂੰ ਫੋਲੋ ਕਰਨ ਵਾਲੇ ਲੋਕਾਂ ਤੱਕ ਇਹ ਗਾਣਾ ਪਹੁੰਚ ਜਾਂਦਾ ਹੈ ਅਤੇ ਉਹ ਵੀ ਅੱਗੇ ਵੀਡੀਓਜ਼ ਬਣਾਉਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਲਾਕਾਰਾਂ ਵੱਲੋਂ ਟਿਕਟੌਕ ਦੀਆਂ ਵੱਡੀਆਂ ਹਸਤੀਆਂ ਨੂੰ ਇੱਕ ਵੀਡੀਓ ਦੀ ਕੀਮਤ ਹਜ਼ਾਰਾਂ ਵਿੱਚ ਦਿੱਤੀ ਜਾਂਦੀ ਹੈ ਅਤੇ ਹੁਣ ਤੁਸੀਂ ਖੁਦ ਹੀ ਹਿਸਾਬ ਲਾ ਲਵੋ ਕਿ ਟਿਕਟੌਕ ਦੀਆਂ ਇਹਨਾਂ ਹਸਤੀਆਂ ਨੂੰ ਕਿਸ ਤਰ੍ਹਾਂ ਰੁਜ਼ਗਾਰ ਮਿਲ ਰਿਹਾ ਹੈ ਅਤੇ ਇਹ ਕਿੰਨਾ ਕੁ ਕਮਾ ਲੈਂਦੇ ਹਨ। ਪਰ ਇਹ ਜ਼ਰੂਰ ਸਪਸ਼ਟ ਹੈ ਕਿ ਸੋਸ਼ਲ ਮੀਡੀਆ ਦੇ ਇਸ ਪਲੇਟਫਾਰਮ ਤੋਂ ਨੌਜਵਾਨ ਸਰਕਾਰ ਵੱਲੋਂ ਸਰਾਏ ਗਏ ਪਕੌੜਿਆਂ ਦੇ ਰੁਜ਼ਗਾਰ ਤੋਂ ਪ੍ਰਤੀ ਦਿਨ ਦੇ ਹਿਸਾਬ ਨਾਲ ਜ਼ਿਆਦਾ ਹੀ ਕਮਾ ਰਹੇ ਹਨ।